जगराओं के पिंड ढोलन विखे उस समय सारे हैरान रह गए जदों पिंड दे ही रहण वाले मलकीत सिंह नाम के व्यक्ति ने अपने गुआंढी नाल हुंदी लड़ाई तो परेशान होकर पेट्रोल पा के अपने आप नूं अग ला ले ते उसनूं उसदे परिवारक मैंबरां ने अते पिंड वासियां ने मिल के फौरन सिविल हस्पताल लियांदा ते नाल ही इस मामले की सूचना पुलिस नूं दित्ती। इस मौके गल करदियां मलकीत सिंह दी पत्नी ने दस्सिया कि उसका अपने गुआंढी दे नाल छोटे जिहे प्लाट दी जमीन नूं लै के आए दिन झगड़ा हुंदा रहिंदा सी जिस करके उसका पति काफी परेशान रहिंदा सी ते अज वी जदों इसे गल नूं लै के झगड़ा होया तां उसदे पति ने यह झगड़ा मुकाउण लई अपने आप नूं अग ला लई। हुण ओह पुलिस तों अपने लई इंसाफ दी मंग कर रही है। अपने हस्बैंड नाल इह ਇਹਦੀ ਸਾਨੂੰ ਜਗ੍ਹਾ ਦੇ ਵਿੱਚ ਜਦੋਂ ਅਸੀਂ ਆਪਦੀ ਜਗ੍ਹਾ ਲਈ ਹੋਈ ਆ 12 ਸਨ ਵੀ ਲਈ ਹੋਈ ਆ ਅਤੇ ਜਦੋਂ ਵੀ ਕੋਈ ਕੰਮ ਕਰਦੇ ਆ ਸਾਨੂੰ ਗਾਲਾਂ ਕੱਢਦੇ ਆ ਬਹੁਤ ਤੰਗ ਪਰੇਸ਼ਾਨ ਕਰਦੇ ਆ ਇਹਨਾਂ ਨੂੰ ਜ਼ਿਆਦਾ ਗਾਲਾਂ ਕੱਢਦੇ ਆ ਦਿੰਦੀਆਂ ਹੁੰਦੀਆਂ ਇਹਦੇ ਬਹਾਦਰ ਸਿੰਘ ਹੋਣੀ ਅਤੇ ਬਹਾਦਰ ਦੇ ਘਰ ਵਾਲੇ ਪਰਮਜੀਤ ਉਹ ਤੁਹਾਡੇ ਗੁਆਂਢੀ ਆ ਹਾਂਜੀ ਗੁਆਂਢੀ ਆ ਅੱਛਾ ਜੀ ਉਹਨਾਂ ਤੋਂ ਤੰਗ ਪਰੇਸ਼ਾਨ ਹੋ ਕੇ ਨੇ ਇਹ ਕੰਮ ਮਤਲਬ ਇਹ ਫਿਰ ਕੀ ਆਪਣੇ ਆਪ ਨੂੰ ਅੱਗ ਲਈ ਆ ਹਾਂਜੀ ਅਤੇ ਹੁਣ ਅੱਜ ਗਾਲਾਂ ਬਹੁਤ ਜ਼ਿਆਦਾ ਕੱਢਦੇ ਸੀ ਉੱਥੇ ਹੀ ਲੜੇ ਆ ਪਲਾਟ ਦੇ ਵਿੱਚ ਮੈਨੂੰ ਮੈਂ ਆਪਦੇ ਘਰੇ ਸੀਗੀ ਅਸੀਂ ਤੰਗ ਬੁਝਾਈ ਆ ਜਾ ਕੇ ਅੱਛਾ ਜੀ ਹਾਂਜੀ ਤੁਹਾਨੂੰ ਕੀ ਮੰਗ ਕਰਦੇ ਹੋ ਤੁਸੀਂ ਵੀ ਹੁਣ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਰਚਾ ਹੋਣਾ ਚਾਹੀਦਾ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਝੂਠੀਆਂ ਸਾਡੇ ਤੋਂ ਦਰਖਾਸਤਾਂ ਦਿੰਦੇ ਆ ਕਦੇ ਪਾਸੇ ਦੀ ਦਰਖਾਸਤ ਦਿੰਦੇ ਕਦੇ ਪਾਸੇ ਕੋਈ ਨਹੀਂ ਸਾਡਾ ਗਨਾਹ ਜਿੱਥੇ ਮਰਜ਼ੀ ਸਾਫ਼ ਕਰ ਦੇਣ ਵੀ ਅਸੀਂ ਗੁਨਾਹਗਾਰ ਹੋਵਾਂਗੇ ਫਿਰ ਅਸੀਂ ਸਾਡੇ ਤੇ ਕਰ ਕਰਦੇ ਆ। ਠੀਕ ਹੈ ਜੀ। ਇਸ ਮੌਕੇ ਥਾਣਾ ਸਦਰ ਦੇ SHO ਮੇਜਰ ਸਿੰਘ ਜਿੱਥੇ ਮੌਕੇ ਤੇ ਸਿਵਲ ਹਸਪਤਾਲ ਪਹੁੰਚੇ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਅੱਗ ਲਾਉਣ ਕਰਕੇ ਮਲਕੀਤ ਸਿੰਘ ਕਾਫੀ ਸੜ ਗਿਆ ਸੀ ਤੇ ਉਸ ਨੂੰ ਇੱਥੋਂ ਫਸਟ ਏਡ ਦੇ ਕੇ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹ ਲਾਈ ਅੱਗ ਆਪਣੇ ਆਪ ਨੂੰ ਤੇ ਕਿਸ ਤਰ੍ਹਾਂ ਦੀ ਹਾਲਤ ਠੀਕ ਆ ਹੁਣ? ਇਹ ਮਲਕੀਤ ਸਿੰਘ ਨਾਂ ਦਾ ਬੰਦਾ ਉੱਥੇ ਰਹਿੰਦਾ ਢੋਲਨ ਪਿੰਡ 'ਚ ਘਰ ਜਵਾਈ ਹੈ ਜੀ। ਇਹਦਾ ਆਪਣੇ ਗੁਆਂਢ 'ਚ ਬਾਹਰਲੇ ਘਰ ਆਪਣਾ ਪਸ਼ੂਆਂ ਵਾਲੇ ਪਲਾਟ ਦੇ ਵਿੱਚ ਦਾ ਬਹਾਦਰ ਸਿੰਘ ਨਾਲ ਰੌਲਾ ਹੈ ਜੀ। ਇਹ ਆਪਣੇ ਪਲਾਟ ਦੇ ਵਿੱਚ ਅੱਜ ਗਿਆ ਸੀ, ਉਹਨਾਂ ਨੇ ਇਹਨਾਂ ਦਾ ਰੌਲਾ ਗਾਲੀ ਗਲੋਚ ਕੀਤਾ ਉਹਨਾਂ ਨੇ ਅਤੇ ਉਹਨਾਂ ਨੂੰ ਤੰਗ ਆ ਕੇ ਨਾ ਇਹਨੇ ਕੋਸ਼ਿਸ਼ ਕੀਤੀ ਅੱਗ ਲਾਉਣ ਦੀ ਜੀ। ਅਤੇ ਇਹਨੂੰ ਹੋਸਪਿਟਲ ਲੈ ਆਏ ਨੇ, ਹੁਣ ਕਾਰਵਾਈ ਕਰ ਰਹੇ ਹਾਂ, ਬਿਆਨ ਲੈਂਦੇ ਹਾਂ, ਜੋ ਹੋਇਆ ਉਹ ਐਜ ਏ ਕਾਨੂੰਨ ਕਾਰਵਾਈ ਕੀਤੀ ਜਾਵੇ। ਕੋਈ ਐਸੀ ਗੱਲ ਨਹੀਂ ਗੀ, ਬੰਦਾ ਮਤਲਬ ਸੈਂਸ ਦੇ ਵਿੱਚ ਕੋਈ ਠੀਕ। ਬਿਊਰੋ ਰਿਪੋਰਟ ਸਾਂਝ ਟੀਵੀ। ਸੰਤਾਨ ਪ੍ਰਾਪਤੀ, ਕਾਰੋਬਾਰ ਵਿੱਚ ਘਾਟਾ, ਵਿਦੇਸ਼ ਯਾਤਰਾ ਵਿੱਚ ਦੇਰੀ, ਪਤੀ ਪਤਨੀ ਵਿੱਚ ਕਲੇਸ਼, ਪੜ੍ਹਾਈ ਵਿੱਚ ਮਨ ਨਾ ਲੱਗਣਾ, ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ, ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ। ਇੱਕ ਵਾਰ ਫੋਨ ਜ਼ਰੂਰ ਕਰੋ, ਤੁਹਾਡਾ ਇੱਕ ਫੋਨ ਬਦਲ ਸਕਦਾ ਤੁਹਾਡੀ ਜ਼ਿੰਦਗੀ। ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰਨ। ਹੁਣ ਸੁਪਨੇ ਦੇਖਣਾ ਛੱਡੋ, ਇਹ ਸਭ ਮੁਸੀਬਤਾਂ ਜਾਂ ਖਵਾਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ। ਫੋਨ ਨੰਬਰ 9876800768।